ਸਾਡੇ ਨਾਲ ਕੁਝ ਜ਼ਿਮੀਦਾਰ ਭਰਾ ਜਿਹੜੇ ਬੜੀ ਦੇਰ ਨਾਲ ਤਰੱਕੀ ਪਸੰਦ ਜ਼ਿਮੀਦਾਰ ਕੰਮ ਕਰ ਰਹੇ ਇਹਨਾਂ ਦੀ ਸੇਫਟੀ ਦਾ ਅਸੀਂ ਖਾਸ ਖਿਆਲ ਰੱਖਣਾ ਜਿਹਦੇ ਵਾਸਤੇ ਕਿ ਨਾਰਮਲੀ ਆਪਣੇ ਪੰਜਾਬ 'ਚ ਪਾਕਿਸਤਾਨ 'ਚ ਇਸ ਤਰ੍ਹਾਂ ਦੀ ਪ੍ਰੈਕਟਿਸ ਨਹੀਂ ਹੁੰਦੀ ਕਿ ਅਗਰ ਕੋਈ ਜ਼ਿਮੀਦਾਰ ਕੰਮ ਕਰਦਾ ਹੋਵੇ ਤਾਂ ਉਹਨੇ ਸੇਫਟੀ ਦੇ ਹਾਲਾਤ ਆਪਣੇ ਪਾਏ ਹੋਣ ਲੇਕਿਨ ਇਹ ਕਿਉਂਕਿ ਸਾਡੇ ਨਾਲ ਬਹੁਤ ਦੇਰ ਤੋਂ ਚੱਲ ਰਿਹਾ ਸਾਡਾ ਇੱਕ ਇਹਨਾਂ ਨਾਲ ਤਲਕ ਹੈ ਜਿਹਦੀ ਵਜ੍ਹਾ ਤੋਂ ਅਸੀਂ ਆਹ ਸਮਾਨ ਇਹਨਾਂ ਨੂੰ ਫਰੀ ਆਫ ਕੋਸਟ ਪ੍ਰੋਵਾਈਡ ਕਰਿਆ ਇਹਦੇ ਵਿੱਚ ਤਫਸੀਲ ਮੈਂ ਤੁਹਾਨੂੰ ਕੁਛ ਦੱਸਦਾ ਕੁਛ ਸੇਫਟੀ ਬੂਟ ਹੈਗੇ ਕੁਛ ਇਸ ਤਰ੍ਹਾਂ ਦੀਆਂ ਫੇਸ ਸ਼ੀਟ ਹੈਗੀ ਇਹ ਜਿਹੜੀ ਸਪਰੇ ਵਾਸਤੇ ਇਸਤੇਮਾਲ ਕੀਤੀ ਜਾਂਦੀ ਇਸ ਦੇ ਨਾਲ ਕੁਛ ਗੋਗਲਸ ਹੈਗੇ ਸੇਫਟੀ ਬਾਕਸ ਹੈਗਾ ਜ਼ਰੂਰਤ ਹੁੰਦੀ ਹਰ ਫਾਰਮ ਦੀ ਕਿਤੇ ਵੀ ਅਸੀਂ ਕਿਤੇ ਦਫ਼ਤਰ 'ਤੇ ਕਿਤੇ ਫਾਰਮ 'ਤੇ ਬੈਠੇ ਹੋਈਏ ਸਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਸਾਡਾ ਸੇਫਟੀ ਬਾਕਸ ਕਿੱਥੇ ਆ ਔਰ ਇਸ ਤਰ੍ਹਾਂ ਦੀ ਚੀਜ਼ ਸਾਡੇ ਫਾਰਮ 'ਤੇ ਮੌਜੂਦ ਹੋਣੀ ਚਾਹੀਦੀ ਇਸ ਦੇ ਨਾਲ ਕੁਛ ਲੌਂਗ ਸ਼ੂਜ਼ ਨੇ ਕੁਛ ਐਪਰਨ ਹੈ ਅਤੇ ਕੁਛ ਰਬੜ ਦੇ ਗਲਵਸ ਹੈਗੇ ਮਜ਼ੀਦ ਇਹਦੇ ਨਾਲ ਇੱਕ ਸਪੈਸ਼ਲ ਕਿਸਮ ਦਾ ਮਾਸਕ ਹੈ ਜਿਹੜਾ ਸਪਰੇ ਵਾਸਤੇ ਹੁੰਦਾ ਉਸ ਤੋਂ ਇਲਾਵਾ ਕੁਛ ਜਿਹੜੇ ਆਪਣੇ ਨੋਰਮਲ ਕੱਪੜੇ ਦੇ ਮਾਸਕ ਚੱਲਦੇ ਉਹ ਹੈ ਉਹ ਇਹਨਾਂ ਦੇ ਹਵਾਲੇ ਮੈਂ ਕਰ ਦਿੱਤੇ ਔਰ ਉਮੀਦ ਹੈ ਇਨਸ਼ਾਅੱਲਾ ਆਇੰਦਾ ਇਹ ਵਾਈ ਕਰਨ ਲੱਗੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਗੇ ਰੋਕਾ ਸਾਹਿਬ ਕੁਛ ਕਹਿਣਾ ਚਾਹੋਗੇ ਠੀਕ ਹੈ ਜੀ ਖੁਸ਼ ਰਹੇ ਦਸਤਖਤ ਚੱਲਣ ਵੀਡੀਓ ਦਸਤਖਤ ਕਰੋ ਸਿਆਦ ਸਾਹਿਬ।